ਸ਼ਾਮ ਟਾਈਮ ਮੈਨੂੰ ਦੱਸ ਜਾਣਾ ਜਨਾਬ, ਆਪਾਂ ਗੋਹੇ ਦੇ ਢੇਰ ਲਾ ਦੇਣੇ ਸੀ। ਹੈ ਨਹੀਂ ਸ਼ਾਮ ਨੂੰ ਲੈ ਜੀ ਜਿਨਾ ਮਰਜ਼ੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮੁ ਅਲੈਕੁਮ, ਕੈਸੇ ਹੋ? ਠੀਕ ਠਾਕ ਹੋ? ਉਮੀਦ ਕਰਾਂ ਸਾਰੇ ਠੀਕ ਠਾਕ ਹੋਣਗੇ। ਮੈਂ ਮੁਹੰਮਦ ਤਾਰ, ਤੁਸੀਂ ਦੇਖ ਰਹੇ ਹੋ ਵਲੌਗ ਚੈਨਲ। ਅੱਜ ਦਾ ਮਜ਼ੇਦਾਰ ਵਲੌਗ ਕਰਦੇ ਸਟਾਰਟ। ਵੀਡੀਓ ਦੇਖਣ ਤੋਂ ਪਹਿਲਾਂ ਕਾਲੋ ਚੈਨਲ ਨੂੰ ਸਬਸਕ੍ਰਾਈਬ, ਬੈਲ ਆਈਕਨ ਦਬਾ ਦਿਓ, ਜਿਹੜੀ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੀ ਰਹੂਗੀ। ਸਵੇਰ ਦੇ 6 ਵਜੇ ਦਾ ਟਾਈਮ ਆ। ਅੱਜ ਮੈਂ ਜਾਣਾ ਮਰਬੇ ਟਰੈਕਟ ਲੈ ਕੇ ਨਾਲ ਟਰਾਲੀ, ਛਿੱਟੀਆਂ ਲੈ ਕੇ ਆਉਣੀਆਂ ਲੱਦ ਕੇ। ਕੋਈ ਹੋਰ ਵੀ ਕੰਮ ਆ, ਸੁਹਾਗਾ ਵੀ ਮਾਨ ਮੁਨ। ਇੱਧਰ ਚੈੱਕ ਕਰੋ, ਟਰੈਕਟਰ ਮੈਂ ਲਿਆ ਆਇਆ ਸੀ ਕੱਲ੍ਹ, ਲਿਆ ਖੜਾ ਕਰ ਲਿਆ ਸੀ। ਰਾਤ ਦੇ ਟਾਈਮ ਇੱਕ ਲੈ ਕੇ ਆਉਂਦੇ ਸੀ ਟਰਾਲੀ ਛਿੱਟੀਆਂ ਦੀ, ਉਦੋਂ ਵੀਡੀਓ ਕੋਈ ਨਹੀਂ ਬਣਾਈ। ਅੱਜ ਇਨਸ਼ਾਅੱਲਾ ਉਹਨਾਂ ਦੋਸਤਾਂ ਸਾਰਿਆਂ ਨਾਲ ਸ਼ੇਅਰ ਕਰਾਂਗੇ। ਔਰ ਇਹ ਰਿਆ ਯੂਰਪ ਠੇਕੇਦਾਰ ਲੱਗਾ ਪਿਆ ਛਿੜੀਆਂ ਇਕੱਠੀਆਂ ਕਰਨ। ਹੈ ਸੁਣਾ ਟੈਟ ਹੈ ਹੁਣ ਆਇਆ ਇੱਥੇ, ਮੁਰੱਬੇ ਦੀਆਂ ਬਣਾਵਾਂਗੇ ਪਹਿਲਾਂ ਢੇਰੀਆਂ। ਢੇਰੀਆਂ ਬਣਾ ਬਣ ਗਈਆਂ ਨਾ, ਫਿਰ ਲੱਦਣੀਆਂ ਏਡੀਆਂ ਔਖੀਆਂ ਨਹੀਂ ਹੈਗੀਆਂ। ਢੇਰੀਆਂ ਬਣੇ ਹੋਣੇ, ਲੱਦਣ ਨੂੰ ਟਾਈਮ ਨਹੀਂ ਡਾ ਲੱਗਦਾ। ਹੁਣ ਇਹਦੀਆਂ ਛੋਟੀਆਂ ਛੋਟੀਆਂ ਢੇਰੀਆਂ ਬਣਾਵਾਂਗੇ। ਇੱਧਰ ਦੇਖੋ, ਇੱਦਾਂ ਬਣਾ ਕੇ ਫਿਰ ਬਾਅਦ 'ਚ ਲੱਦਾਂਗੇ। ਮੈਂ ਆ ਗਿਆ ਘਰ, ਆਣ ਕੇ ਨਾਸ਼ਤਾ ਵਗੈਰਾ ਕੀਤਾ ਅਤੇ ਹੁਣ ਚੱਲਾਂ ਫਿਰ ਟਰੈਕਟਰ ਅਤੇ ਰੇੜਾ ਲੈ ਕੇ ਮੁਰੱਬੇ ਨੂੰ, ਨਾਲੇ ਆ ਕੇ ਪੱਠੇ ਵੱਢਦੇ, ਨਾਲੇ ਛੁੱਟੀਆਂ ਲੱਦ ਕੇ ਲੈ ਕੇ ਆਉਂਦੇ ਹਾਂ। ਚੱਲਦੇ ਹਾਂ ਟਰੈਕਟਰ ਲੈ ਕੇ। ਛਿੱਟੀਆਂ ਲੱਦ ਰਹੇ ਰੇੜੇ 'ਤੇ, ਤਕਰੀਬਨ ਸਾਨੂੰ ਘੰਟਾ ਕੁ ਹੋ ਚੱਲਾ ਲੱਦਿਆਂ ਛਿੱਟੀਆਂ। ਕਪਾਹ ਵੀ ਚੋਗ ਹੁੰਦੀ, ਉੱਧਰ ਵੀ ਚੱਕਰ ਛੱਕਰ ਲਾ ਗਿਆ ਅਸੀਂ, ਹੁਣ ਛਿੱਟੀਆਂ ਲੱਦ ਰਹੇ ਹਾਂ। ਇੱਧਰ ਚੈੱਕ ਕਰੋ, ਕਾਫੀ ਲੱਦ ਲਈਆਂ, ਸਮਝ ਲਓ ਇਹ ਨਾ ਸਮਝ ਲਓ ਦੁਹਾੜੇ ਦੀਆਂ ਛਿੱਟੀਆਂ। ਅੱਜ ਕੱਲ੍ਹ ਇੱਦਾਂ ਦੀਆਂ ਛਿੱਟੀਆਂ ਆ ਰਹੀਆਂ ਵਾ। ਉਹ ਠੇਕੇਦਾਰ ਆ ਜਾ, ਪਾਣੀ ਪੀਏ, ਪਾਣੀ ਪੀ ਲਾ ਜਾ, ਕੰਮ ਹੁੰਦੇ ਰਹਿਣਗੇ, ਪਿਆਸ ਲੱਗੀ, ਆਇਆ ਪਾਣੀ ਪੀਏ। ਕੀ ਹੋਇਆ? ਮੈਂ ਹੁਣ ਚੱਲਾਂ ਕਪਾਹ ਤੋਲਣ। ਬੁੜੀਆਂ ਦਾ ਮੈਸੇਜ ਆ ਗਿਆ, ਕਹਿੰਦੇ ਆਣ ਕੇ ਜੀ ਕਪਾਹ ਤੋਲੋ। ਚੱਲਦਾ ਪਿਆ ਜਾ ਕੇ ਤੋਲ ਕੇ ਆਉਂਦੇ ਕਪਾਹ, ਅਤੇ ਮੁੜ ਕੇ ਆਣ ਕੇ ਲੱਦਦੇ ਹਾਂ ਫਿਰ ਛਿੱਟੀਆਂ। ਜਬਦੇ ਘਰ ਬਹੁ ਜਬਦੇ, ਇੱਥੇ ਛਿੱਟੀ ਇੱਥੇ, ਕਿਤੇ ਪਿੱਛੇ ਹੀ ਨਾ ਢਹਿ ਪਵਾਂ ਮੈਂ ਵੀ। ਵਿਚਾਲੇ ਵਿਚਾਲੇ ਸੈਂਟਰ ਚਾਕ ਮਾਰੇ ਥਾਂ ਹੀ, ਇੱਥੇ ਨੂੰ ਨੱਪ ਦੇਣਾ ਆਪਾਂ ਹੁਣੀ। ਫੁੱਲ ਇੰਜੋਏ ਹੋ ਰਿਹਾ, ਕੰਮ ਕਰ ਰਹੇ ਹਮ ਫੁੱਲ ਭਾਣਾ ਦੇ ਨਾਲ। ਸਰਦੀਆਂ ਵਾਸਤੇ ਮਟੀਰੀਅਲ ਜਮ੍ਹਾਂ ਕਰ ਰਹੇ ਹਾਂ। ਇੱਥੇ ਅਗਲੀ ਸਾਈਡ 'ਤੇ ਲਾਈ, ਇੱਥੇ ਇੱਥੇ ਲਾ, ਬਿਲਕੁਲ ਬਿਲਕੁਲ ਜਨਾਬ, ਖਿੱਚ ਲਾ। ਸੈਂਟਰ 'ਚ ਰੱਖੀ ਅਗਲੇ ਪਾਸ, ਰੇੜਾ ਭਰਦੇ ਹਾਂ, ਭਰ ਭੁਰ ਕੇ ਮਿਲਦੇ ਹਾਂ ਫਿਰ। ਟਾਈਮ ਆ, ਸੂਰਜ ਨਿਕਲ ਰਿਹਾ, ਦੇਖੋ ਲਾਲੀ ਕਿਸ ਤਰ੍ਹਾਂ ਛਾਈ ਹੋਈ ਆ। ਰਾਤੀ ਮੈਂ ਘਰ ਆ ਗਿਆ ਜਨਾਬ, ਹੋ ਗਿਆ ਹਨੇਰਾ, ਅਤੇ ਹੁਣ ਸੁਬਹਾ ਵੀਡੀਓ ਬਣਾ ਰਿਹਾ ਮੈਂ। ਨਾਲੇ ਫੇਰਨਾ ਸੁਹਾਗਾ ਉੱਥੇ, ਕੱਲ੍ਹ ਮੇਰਾ ਬੇ ਫੇਰਿਆ ਸੁਹਾਗਾ, ਫਿਰ ਆਏ ਨੇ ਪੱਠੇ ਵੀ ਜਿਹਨੇ ਸੀ ਬਰਸਨ ਨੇ, ਸੁਹਾਗਾ ਸੁਹਾਗਾ ਫੇਰਿਆ, ਛਿੱਟੀਆਂ ਲੱਦੀਆਂ ਅਤੇ ਲੱਦ ਕੇ ਆ ਗਏ ਘਰ, ਅਤੇ ਹਨੇਰਾ ਹੋ ਗਿਆ। ਅੱਜ ਦਾ ਵਲੌਗ ਇੱਥੇ ਕਰਦੇ ਨੇ ਖਤਮ। ਉਮੀਦ ਕਰਾਂ ਸਾਡਾ ਵਲੌਗ ਅੱਛਾ ਲੱਗਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਬੇਲ ਆਈਕਨ ਦਬਾ ਦੇਣਾ। ਇਨਸ਼ਾਅੱਲਾ ਨੈਕਸਟ ਵਲੌਗ ਮਿਲੇ ਤਾਂ ਫਿਰ ਅੱਲਾ ਹਾਫਿਜ਼।